ਬੜੇ ਦੁੱਖ ਦੀ ਗੱਲ ਆ ਸਾਡੇ ਵੀਰਾਂ ਨੇ ਜਿਹੜਾ ਕਿ ਲੋਕਾਂ ਦੀਆਂ ਫਸਲਾਂ ਬਚਾਉਣੀਆਂ ਜਾਂ ਹਜ਼ਾਰ ਮੇਰੇ ਹਿਸਾਬ ਨਾਲ ਜਿਹੜੀਆਂ ਜਥੇਬੰਦੀਆਂ ਨੇ ਉਹ ਕਿਸਾਨਾਂ ਦੀਆਂ ਫਸਲਾਂ ਬਚਾਉਂਦੀਆਂ ਨੇ ਜਾਂ ਜ਼ਮੀਨਾਂ ਬਚਾਉਂਦੀਆਂ ਤਾਂ ਜਥੇਬੰਦੀਆਂ ਉਹਨਾਂ ਦਾ ਫਾਰਮੂਲਾ ਜੇ ਇਹ ਫਸਲਾਂ ਉਜਾੜ ਕੇ ਜਾਂ ਲੋਕਾਂ ਨੂੰ ਉਜਾੜ ਕੇ ਜਥੇਬੰਦੀਆਂ ਬਣਦੀਆਂ ਨੇ ਤਾਂ ਉਹਨਾਂ ਦੀ ਸੋਚ ਸਾਡੀ ਸੋਚ ਇਹ ਜੀ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਲੱਖੋਵਾਲ ਇੰਨੇ ਦਿਨੀ ਆਮੋ ਸਾਹਮਣੇ ਨੇ ਬਰਸਾਤੀ ਡਰੇਨ ਨੂੰ ਲੈ ਕੇ ਇਹਨਾਂ ਦੋਵੇਂ ਜਥੇਬੰਦੀਆਂ ਦੇ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਦੱਸ ਦਈਏ ਕਿ ਡਰੇਨ ਬਣਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਲੱਖੋਵਾਲ ਜਥੇਬੰਦੀ ਦੇ ਨਾਲ ਜੁੜੇ ਕਿਸਾਨ ਪਹੁੰਚ ਗਏ ਜਿਨ੍ਹਾਂ ਨੇ ਕੰਮ ਨੂੰ ਰੁਕਵਾ ਦਿੱਤਾ। ਖੰਨਾ ਨਵਾਂ ਸ਼ਹਿਰ ਰੋਡ ਵੀ ਜਾਮ ਕਰ ਦਿੱਤਾ। ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ BKU ਕਾਦੀਆਂ ਦੀ ਸ਼ਿਕਾਇਤ ਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਪਿੰਡ ਗੜੀ ਤੋਂ ਪਿੰਡ ਢੰਡੇ ਡਰੇਨ ਤੱਕ ਬਰਸਾਤੀ ਡਰੇਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਡਰੇਨ ਦਾ ਕੰਮ ਚੱਲ ਰਿਹਾ ਸੀ ਤਾਂ ਲੱਖੋਵਾਲ ਜਥੇਬੰਦੀ ਦੇ ਨਾਲ ਜੁੜੇ ਹੋਏ ਕਿਸਾਨ ਪਹੁੰਚ ਗਏ ਜਿਨ੍ਹਾਂ ਨੇ ਕੰਮ ਨੂੰ ਰੁਕਵਾ ਦਿੱਤਾ ਔਰ ਇਸ ਮੌਕੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕੀਤੀ ਗਈ। ਕਾਦੀਆਂ ਜਥੇਬੰਦੀ ਦੇ ਨਾਲ ਜੁੜੇ ਹੋਏ ਕਿਸਾਨਾਂ ਨੇ ਕਿਹਾ ਕਿ ਇਸ ਸਰਕਾਰੀ ਜ਼ਮੀਨ 'ਤੇ ਇਹਨਾਂ ਕਿਸਾਨਾਂ ਦੇ ਵੱਲੋਂ ਕਬਜ਼ਾ ਕੀਤਾ ਗਿਆ ਹੈ ਤਾਂ ਕਰਕੇ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਇਹਦਾ ਮੇਨ ਕਾਰਨ ਇਹ ਆ ਜੀ, ਸਾਡੇ ਇੱਕ ਡਰੇਨ ਜਾਂਦੀ ਆ ਜਿਹੜੀ ਆਪਣੇ ਗੜੀ ਪਿੰਡ ਊਰਨੇ ਦੇ ਬੰਨੇ ਤੋਂ ਲੈ ਕੇ ਢੰਡਿਆਂ ਦੇ ਸੈਫਰ ਤੱਕ ਜਾਂਦੀ ਆ। ਇਹਦੇ ਵਿੱਚ ਗੜੀ ਪਿੰਡ, ਭਰਥਲਾ, ਜਲਾ ਮਾਜਰਾ ਅਤੇ ਆਪਣਾ ਢੰਡੇ ਪਿੰਡ ਆਉਂਦੇ ਨੇ ਅਤੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੀ ਹੋਈ। ਇਹਦੇ ਅਸੀਂ ਕਾਫੀ 8-9 ਸਾਲ ਤੋਂ ਸੰਘਰਸ਼ ਲੜ ਰਹੇ ਹਾਂ, ਜਿਹਦੇ ਸਮੇਂ ਤੋਂ ਜਿਹੜੀ ਡਰੇਨ ਬੰਦ ਸੀ ਜਿਹੜਾ ਖੋਲੀ ਜਾ ਰਹੀ ਹੈ, ਕਬਜ਼ਾ ਹਟਾਇਆ ਜਾ ਰਿਹਾ। ਹਾਂਜੀ, ਇਹ ਦੇਖੋ ਇਹ ਲੋਕਾਂ ਦੀ ਮੰਗ ਸੀਗੀ, ਇਹ ਬੰਦ ਕੀਤਾ ਹੋਇਆ ਅਤੇ ਇੱਕ ਆ ਢਾਬਾ ਵਾ ਇੱਥੇ ਨਿੰਮ ਵਾਲਾ, ਇਹਨਾਂ ਨੇ ਬਾਥਰੂਮ ਬਣਾ ਲਏ ਨੇ ਨਜਾਇਜ਼ ਇਹਦੇ ਵਿੱਚ ਅਤੇ ਉਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਦ ਬਾਰਿਸ਼ ਆਉਂਦੀ ਆ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਜਿਹਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਅਤੇ ਬੜੇ ਲੰਬੇ ਸੰਘਰਸ਼ ਤੋਂ ਬਾਅਦ ਹੁਣ ਸਾਡੀ ਇਹ ਮੰਗ ਪੂਰੀ ਹੋਈ ਸੀਗੀ ਅਤੇ ਪਟਾਈ ਸ਼ੁਰੂ ਹੋ ਗਈ ਸੀ ਅਤੇ ਕੱਲ੍ਹ ਅੱਜ ਆ ਕੇ ਸਵੇਰਿਓਂ ਇੱਕ ਭਾਰਤੀ ਕਿਸਾਨ ਜੋ ਲੱਖੋਵਾਲ ਦੇ ਜਨਰਲ ਸਕੱਤਰ ਨੇ ਪਰਮਿੰਦਰ ਸਿੰਘ ਪਾਲ ਮਾਜਰਾ, ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾਤੀ ਆ ਅਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ, ਜਿੱਥੇ ਕਿ ਇੱਕ ਭਾਰਤੀ ਇੱਕ ਕਿਸਾਨ ਯੂਨੀਅਨ ਦੇ ਨੁਮਾਇੰਦੇ ਨੇ, ਉਹਨਾਂ ਨੂੰ ਇਹ ਸੋਭਾ ਨਹੀਂ ਦਿੰਦਾ ਵੀ ਉਹ ਡਰੇਨ ਦੇ ਉੱਤੇ ਕਬਜ਼ਾ ਕਰਨ, ਸਾਡਾ ਨੁਕਸਾਨ ਹੁੰਦਾ ਕਿਸਾਨਾਂ ਦਾ। ਪਿਛਲੇ ਸਾਲ ਲੋਕਾਂ ਨੇ 6-6 ਹਜ਼ਾਰ ਰੁਪਈਆ ਦੇ ਕੇ ਦੁਬਾਰਾ ਜੀਰੀ ਲਵਾਉਣੀ ਪਏਗੀ, ਪਨੀਰੀ ਨਹੀਂ ਮਿਲੀ। ਉਹਨਾਂ ਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ, ਉਹ ਲੋਕਾਂ ਨੂੰ ਲੈ ਕੇ ਉੱਥੇ ਬੈਠੇ ਨੇ। ਮੈਂ ਸਰਕਾਰ ਨੂੰ ਦਰਖਾਸਤ ਕਰਦਾ ਇਹੋ ਜਿਹੇ ਸ਼ਰਾਰਤੀ ਅਨਸਰਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦਾ, ਅਤੇ ਜਿਹੜੇ ਇਹਨਾਂ ਨੇ ਇੰਨੇ ਸਿਰ ਜ਼ਮੀਨ ਵਾਹੀ ਆ ਇਹਨਾਂ ਦੇ ਉੱਤੇ ਇਹਨਾਂ ਦਾ ਮੁਆਵਜ਼ਾ ਲੈਣਾ ਚਾਹੀਦਾ ਇਹਨਾਂ ਤੋਂ। ਕਿਸੇ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਆ ਕਿ ਨਹੀਂ? ਹੁਣ ਸਾਡੇ ਮੇਰੇ SDM ਸਾਹਿਬ ਨਾਲ ਗੱਲ ਹੋਈ ਆ, ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਵਾ ਬਈ ਅਸੀਂ ਇਹਨੂੰ ਕੰਮ ਨੂੰ ਦੁਬਾਰਾ ਚਾਲੂ ਕਰਾਵਾਂਗੇ। ਜਿਹੜਾ ਤੁਹਾਡਾ ਧਰਨਾ ਪਾਉਣੇ ਕਿੰਨੇ ਸਮੇਂ ਤੱਕ ਲੱਗੇ? ਦੇਖੋ ਜਦ ਤੱਕ ਸਾਡੇ ਨਾਲ ਕੋਈ ਅਧਿਕਾਰੀ ਆ ਕੇ ਗੱਲਬਾਤ ਨਹੀਂ ਕਰਦੇ ਜਦ ਤੱਕ ਧਰਨਾ ਜਾਰੀ। ਤੁਸੀਂ ਕਹਿ ਰਹੇ ਹੋ SDM ਸਾਹਿਬ ਨੇ ਭਰੋਸਾ ਦਿੱਤਾ? ਨਹੀਂ ਨਹੀਂ, ਉਹਨਾਂ ਨੇ ਦੱਸਿਆ ਵਾ, ਉਹਨਾਂ ਨੂੰ ਦੱਸਿਆ ਵੀ ਕੰਮ ਕਰਾ ਦਾਂਗੇ ਵੀ ਤੁਸੀਂ ਧਰਨਾ ਲਾਓ, ਪਰ ਜਦ ਤੱਕ ਸਾਡੇ ਕੋਲ ਇੱਥੇ ਧਰਨੇ 'ਤੇ ਕੋਈ ਆਉਂਦਾ ਨਹੀਂ ਉਹਨਾਂ ਚਿਰ ਅਸੀਂ ਧਰਨਾ ਆਪਣਾ ਉਸੇ ਤਰ੍ਹਾਂ ਸਾਡਾ ਜਾਰੀ ਰਹੇ। ਮਾਮਲਾ ਜੀ, ਸਾਡੀ ਟ੍ਰੇਨ ਸੀਗੀ ਜੋ 40 ਸਾਲ ਤੋਂ ਬੰਦ ਪਈ ਸੀ ਅਤੇ ਆਪਾਂ ਨੇ ਇਹਦੀ ਮਿਣਤੀ ਮੁਣਤੀ ਕਰਵਾ ਕੇ ਜੀ ਕਬਜ਼ਾ ਲੈਣ ਲੱਗ ਗਈ, ਸਾਰਾ ਕੁਝ ਆਪਣੇ ਨਾਲ ਸੀਗਾ ਅਤੇ 2 ਦਿਨ JCBਆਂ ਚੱਲਦੀਆਂ ਰਹੀਆਂ। ਅੱਜ ਕੁਛ ਜਿਹੜਾ ਸੀਗੇ ਨਾ ਢਾਬੇ, ਇੱਕ ਆਹ ਢਾਬੇ ਵਾਲੇ ਨੇ ਇਹਨਾਂ ਦੀ ਵਿੱਚ ਜ਼ਮੀਨ ਆਉਂਦੀਆਂ, ਕੁਛ ਇਹ ਨੇ, ਕੁਛ 2 ਘਰ ਅੱਗੇ ਵਿੱਚ ਆਉਂਦੇ ਨੇ ਉਹ ਬੰਦੇ ਨੇ ਅਤੇ ਕੁਛ ਇਹਨਾਂ ਦੇ ਨਾਲ ਨਾਲ ਪਾਲ ਮਾਜਰੇ ਦੇ ਬੰਦੇ ਰਲੇ ਨੇ ਜਿਹਨਾਂ ਦੀ ਵਿੱਚ ਜ਼ਮੀਨ ਆਉਂਦੀ ਆ, ਜਿਹਨਾਂ ਦੀ ਜ਼ਮੀਨ ਵਿੱਚ ਆਉਂਦੀ ਆ ਬਾਈ ਉਹ ਕਾਹਨੂੰ ਛੱਡਣ ਦਿੰਦੇ ਨੇ।
ਉਹਨਾਂ ਨੇ ਅੱਜ ਆ ਕੇ ਕੰਮ ਰੋਕ ਦਿੱਤਾ। ਉਹਨਾਂ ਦੀ ਜ਼ਮੀਨ ਆ ਰਹੀ ਆ, ਉਹ ਨਜਾਇਜ਼ ਕਬਜ਼ਾ ਹੀ ਆ ਰਿਹਾ ਜੀ। ਉਹ ਕਹਿੰਦੇ ਵੀ ਸਾਡੀ ਛੁੱਟ ਰਹੀ ਹੈ ਨਜਾਇਜ਼ ਕਬਜ਼ਾ ਉਹਨਾਂ ਦਾ ਕਰਿਆ ਹੋਇਆ, ਤੇ ਉਹ ਰੋਕ ਰਹੇ ਨੇ ਜਾਣੀ ਜਿਹਨਾਂ ਤੋਂ ਹੁਣ ਛੁੱਟ ਰਿਹਾ ਕਬਜ਼ਾ, ਨਜਾਇਜ਼ ਕਬਜ਼ਾ ਕਰਿਆ ਉਹਨਾਂ 40 ਸਾਲ ਚ। ਅਸੀਂ ਮੰਗ ਕਰਦੇ ਹਾਂ ਕਿ ਸਾਡਾ ਪਾਣੀ ਆਉਣਾ, ਪਿਛਲੀ ਵਾਰ ਵੀ ਪਾਣੀ ਆ, ਤਿੰਨ ਵਾਰ ਮੇਰੀ ਸੋਚੀ ਵੀ ਪਾਣੀ ਆ ਗਿਆ, ਸਾਡੀ ਫਸਲ ਮਰ ਗਈ ਆ। ਪਿਛਲੀ ਵਾਰ ਮੇਰੇ 12 ਕਿੱਲੇ ਧਾਨਾਂ ਦੇ ਮਰ ਗਏ, ਮੈਂ ਦੁਬਾਰੇ ਬੀਜੇ ਨੇ ਜੀ। ਜਿਹੜਾ 70-80 ਹਜ਼ਾਰ ਰੁਪਇਆ ਮੇਰਾ ਉਹ ਖਾਤੇ ਆਇਆ ਮੁੜ ਕੇ ਧਾਨਾਂ ਦੀ ਵੀ, ਉਹ ਤੁਹਾਨੂੰ ਪਤਾ ਜਿਹੜਾ ਲੇਟ ਲੱਗਦਾ ਨਹੀਂ ਮੁੜ ਕੇ, ਉਹ ਧਿਆਨ ਨਹੀਂ ਨਿਕਲਦਾ ਹੈਗਾ। ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਬੰਦੇ ਰੋਕਦੇ ਨੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ। ਇੰਨਾ ਚਿਰ ਬਾਅਦ ਹੀ ਹੁਣ ਛੱਡਣੀ ਚਾਹੀਦੀ ਹੈ ਜੀ ਇਹਨਾਂ ਨੂੰ। ਇਹੀ ਤਾਂ ਅਸੀਂ ਮੰਗ ਕਰਦੇ ਹਾਂ। ਅਤੇ ਕੱਲ੍ਹ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਕਿਹੜੇ ਦੁਕਾਨਾਂ ਅਤੇ ਹੋਰ ਜਿਹੜਾ ਅੱਗੇ ਸਾਈਪਨ ਜਾ ਰਿਹਾ ਉਸ ਸੰਬੰਧੀ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਸੀ। PDPO ਸਾਹਿਬ ਵੱਲੋਂ ਸਾਨੂੰ ਰਿਕੁਐਸਟ ਆਈ ਸੀਗੀ, ਉਹਦੇ ਆਧਾਰ 'ਤੇ ਅਸੀਂ ਨਿਸ਼ਾਨਦੇਹੀ ਕਰਵਾਈ ਸੀ ਸਾਡੇ ਕਾਨੂੰਗੋ ਸਾਹਿਬਾਨ ਪ੍ਰਧਾਨ ਜੀ ਆਪਣਾ ਸਾਡੇ ਪਟਵਾਰੀ ਸਾਹਿਬਾਨ ਅਤੇ ਹੋਰ ਪਟਵਾਰੀ ਸਾਹਿਬਾਨ ਨੇ ਕੱਲ੍ਹ ਕਰ ਦਿੱਤੀ ਗਈ ਸੀ। ਅਤੇ ਹੁਣ ਵੀ ਅੱਜ ਵੀ ਜਿਹੜਾ ਹੈ ਕਬਜ਼ੇ ਦੀ ਕਾਰਵਾਈ ਆਫਟਰ ਨਿਸ਼ਾਨਦੇਹੀ ਡਿਪਾਰਟਮੈਂਟ ਵੱਲੋਂ PDPO ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਸੀ। ਉਸ ਸੰਬੰਧੀ ਕਿਸੇ ਨੇ ਰੋਕ ਲਗਾਈ ਹੈ, ਰੋਕਿਆ ਉਹਨਾਂ ਨੂੰ ਤਾਂ ਇਹਨਾਂ ਨੂੰ ਵੱਲੋਂ ਧਰਨਾ ਲਗਾਇਆ ਸੀ ਕਬਜ਼ੇ ਗਰੁੱਪ ਵੱਲੋਂ। ਅਤੇ ਸਾਡੇ ਵੱਲੋਂ ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਵੀ ਜੋ ਵੀ ਕਾਰਵਾਈ ਕੀਤੀ ਜਾਣੀ ਆ ਅੱਗੇ ਰਿਆਜ਼ ਕਰਕੇ ਹਟਾਏ ਜਾਣੇ ਉਹ ਇੱਕ ਇੱਕ ਇੰਚ ਛੁਆ ਜਾ ਜਲਦੀ ਛੁਆ। ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਧੱਕੇ ਨਾਲ ਕਮਰ ਕਰਵਾਇਆ ਵਾ, ਕਾਨੂੰਨੀ ਕਰਦੇ ਸੀ ਉਹਨਾਂ ਦੇ? ਅਸੀਂ ਹਲੇ ਸੰਬੰਧਿਤ ਡਿਪਾਰਟਮੈਂਟ ਤੋਂ ਰਿਪੋਰਟ ਲੈਂਦੇ ਹਾਂ, PDPO ਸਾਹਿਬ ਤੋਂ ਕੀ ਰਿਪੋਰਟ ਹੈ ਉਹ ਫਿਰ ਦੱਸ। ਕਦੋਂ ਤੱਕ ਕੰਮ ਸਟਾਰਟ ਹੋਣਾ? ਉਹ ਜਲਦੀ ਕਰਤਾ ਜਾਏਗਾ, ਮੈਂ ਆਪਣੇ ਸੀਨੀਅਰ ਹੋਰ ਨਾਲ ਗੱਲ ਕਰਦਾ, ਉਸ ਤੋਂ ਬਾਅਦ ਜਿਵੇਂ ਉਹ ਕਰਦਾ। ਸਾਨੂੰ ਸਵੇਰੇ 8 ਵਜੇ ਅੱਜ ਪਤਾ ਲੱਗਿਆ ਵੀ ਇੱਥੇ ਬਹੁਤ ਕਿਸਾਨਾਂ ਦੀ ਫਸਲ ਪਰਸੋਂ ਤੋਂ ਪ੍ਰਸ਼ਾਸਨ ਨੇ ਬਰਬਾਦ ਕਰਤੀ। ਅੱਜ ਵੀ ਜਦੋਂ ਅਸੀਂ ਆਏ 5 ਮਸ਼ੀਨਾਂ ਲੱਗੀਆਂ ਹੋਈਆਂ ਜੀ, ਧਾਨ ਖੜੇ ਬੇਰਹਿਮੀ ਨਾਲ ਬਰਬਾਦ ਕੀਤੇ ਜਾ ਰਹੇ ਜੀ, ਆ ਕੇ ਅਸੀਂ ਕੰਮ ਰੋਕਿਆ। ਸਰਕਾਰ ਤੋਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਉਹ ਇਹ ਕੀ ਜ਼ਰੂਰਤ ਕੀ ਪੈ ਗਈ ਲੋਕਾਂ ਦੀਆਂ ਫਸਲਾਂ ਖਰਾਬ ਕਰਨ ਦੀ? ਜੇ ਚੱਲ ਕੋਈ ਕੰਮ ਕਰਨਾ ਵੀ ਉਹ 6 ਮਹੀਨੇ ਦੀ ਫਸਲ ਖਾਲੀ ਖੇਤ ਖਾਲੀ ਹੋ ਜਾਣੀ, ਜਦ ਕਰ ਲੈਂਦੇ ਜਾਂ 2 ਮਹੀਨੇ ਪਹਿਲਾਂ ਕਰ ਲੈਂਦੇ, ਹੁਣ ਇੰਨੀ ਕੀ ਐਮਰਜੈਂਸੀ ਪੈ ਗਈ? ਸਾਨੂੰ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ, ਇਹ 40 ਸਾਲ ਤੋਂ ਇਹ ਜਿਹੜਾ ਸੇਮ ਦੇ ਨਾਲ ਇਹ ਅੱਗੇ ਸੇਮ ਆਉਂਦੀ ਪਾਣੀ ਉੱਪਰ ਦੀ ਸੇਮ ਆਉਂਦੀ ਉਹਦੇ ਕਰਕੇ ਕੱਢੇ ਹੋਏ ਜੀ, 50 ਸਾਲ ਤੋਂ ਤਕਰੀਬਨ ਇਹ ਬੰਦ ਰਹਿਣ ਦੀ ਜ਼ਰੂਰਤ ਨਹੀਂ। ਹੁਣ ਜਾਣ ਬੁੱਝ ਕੇ ਨਾਲੇ ਕਿਸੇ ਆਪਸੀ ਖਹਿਬਾਜ਼ੀ ਕਰਕੇ, ਦੋ ਬੰਦੇ ਦੀ ਆਪਸੀ ਖਹਿਬਾਜ਼ੀ ਆ, ਤੁਹਾਡੇ ਨਾਲ ਦੇ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਕਰਦੀਆਂ, ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਚਲਾਇਆ ਜਾਵੇ। ਬੜੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜਾ ਵੀ ਲੋਕਾਂ ਦੀਆਂ ਫਸਲਾਂ ਬਚਾਉਣੀਆਂ ਨੇ ਜਾਂ ਉਜਾੜਦੀਆਂ ਨੇ, ਇਹ ਹੁਣ ਉਹਨਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚੱਲਣਾ ਫਸਲਾਂ। ਮੇਰੇ ਹਿਸਾਬ ਨਾਲ ਜਿਹੜੀਆਂ ਜਥੇਬੰਦੀਆਂ ਨੇ ਉਹ ਕਿਸਾਨਾਂ ਦੀਆਂ ਫਸਲਾਂ ਬਚਾਉਂਦੀਆਂ ਨੇ ਜਾਂ ਜ਼ਮੀਨਾਂ ਬਚਾਉਂਦੀਆਂ ਤਾਂ ਜਥੇਬੰਦੀਆਂ ਕਹਾਉਂਦੀਆਂ ਨੇ। ਉਹਨਾਂ ਦਾ ਫਾਰਮੂਲਾ ਜੇ ਇਹ ਆ ਵੀ ਫਸਲਾਂ ਉਜਾੜ ਕੇ ਜਾਂ ਲੋਕਾਂ ਨੂੰ ਉਜਾੜ ਕੇ ਜਥੇਬੰਦੀਆਂ ਬਣਦੀਆਂ ਤਾਂ ਉਹਨਾਂ ਦੀ ਉਹਨਾਂ ਦੀ ਸੋਚ ਆ, ਸਾਡੀ ਸੋਚ ਇਹ ਨਹੀਂ। ਸਰਕਾਰ ਦੀ ਜਗ੍ਹਾ ਸਰਕਾਰ ਤਾਂ ਛੜਾਊਗੀ ਹੋ ਜੀ, ਸਰਕਾਰ ਦੀ ਜਗ੍ਹਾ ਜੇ ਫਸਲ ਬੀਜੀ ਹੋਈ ਆ ਜੀ ਸਰਕਾਰ ਦੀ, ਇਹ ਤਾਂ ਲੋਕਾਂ ਦੀ ਭਲੇ ਵਾਸਤੇ ਆ ਜੀ ਜਿਹੜਾ ਨਾਲਾ ਬਣ ਜਾਵੇ। ਬਿਲਕੁਲ ਕੋਈ ਭਲਾ ਨਹੀਂ, ਇਹਦੇ ਨਾਲ ਰੁਕਾਵਟਾਂ ਪੈਣਗੀਆਂ, ਭਲੇ ਦੀ ਕੋਈ ਗੱਲ ਨਹੀਂ ਹੋਣੀ। ਜ਼ਮੀਨ 2 ਹਿੱਸਿਆਂ 'ਚ ਵੰਡੀ ਜਾਊ, ਸਾਨੂੰ ਉੱਧਰ ਉੱਧਰ ਜਾਣ 'ਚ ਪ੍ਰੋਬਲਮ ਆਊਗੀ, ਪਾਣੀ ਦੀ ਪ੍ਰੋਬਲਮ, ਦੂਜੇ ਪਾਸੇ ਅਸੀਂ ਕਿਵੇਂ ਸਿੰਜਾਂਗੇ? ਉਹ ਤੋਂ ਬਿਨਾਂ ਜਿਹੜੀ ਫੰਦੀ ਵਾਲ ਦਾ ਉਹ ਲੱਗ ਜਾਣੀ ਆ, ਉਹਦੇ ਨਾਲ ਪਾਣੀ ਰੁਕੇਗਾ ਬਰਸਾਤਾਂ 'ਚ, ਜਦ ਹੜ੍ਹਾਂ ਦਾ ਪਾਣੀ ਵੀ ਜਮ੍ਹਾਂ ਹੋਊਗਾ ਸਾਡੇ ਇੱਥੇ, ਹੜ੍ਹਾਂ ਦਾ ਫਸਲਾਂ ਡੁੱਬਣਗੀਆਂ। ਜਿਹੜੇ ਭਾਰਤੀ ਕਿਸਾਨ ਯੂਨੀਅਨ ਕਰਦੀਆਂ ਦੇ ਪ੍ਰਧਾਨ ਨੇ ਹਰਦੀਪ ਸਿੰਘ ਗਿਆਸਪੁਰਾ, ਉਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਵੀ ਜਗ੍ਹਾ ਇਹਦੇ ਵਿੱਚ ਆ ਰਹੀ ਆ। ਬਿਲਕੁਲ, ਉਹਦੇ ਸਮੇਂ ਤੋਂ ਵੀ ਉੱਥੇ ਕਬਜ਼ਾ ਕੀਤਾ ਨਹੀਂ, ਉਹਦੇ ਕਹਿਣ ਨਾਲ ਕੀ ਹੋ ਜਾਊਗਾ? ਉਹ ਲੋਕਾਂ ਨੂੰ ਮੇਰੇ ਬਾਰੇ ਹੀ ਪਤਾ, ਕਾਦੀਆਂ ਬਾਰੇ ਹੀ ਪਤਾ, ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿਸੇ ਨੂੰ ਵੀ ਕਿਹੜਾ ਕੀ ਕਰਦਾ। ਤੁਹਾਡੀ ਜਗ੍ਹਾ ਆਉਂਦੀ ਆ ਜੀ ਵਿੱਚ? ਬਿਲਕੁਲ ਨਹੀਂ ਆਉਂਦੀ। ਨਹੀਂ, ਉਹਨਾਂ ਦਾ ਇਹ ਕਹਿਣਾ ਵਾ ਜਿਹੜੀ ਜਗ੍ਹਾ ਵਾ 40 ਸਾਲ ਤੋਂ ਜਿਹੜੀ ਤੁਸੀਂ ਨਜਾਇਜ਼ ਕਬਜ਼ਾ ਕਿੱਥੇ ਕੀਤਾ ਦੱਸ ਦੇਵੇ, ਦੱਸ ਦੇਵੇ ਕਿੱਥੇ ਕੀਤਾ? ਜਿਹੜੀ ਡਰੇਨ ਆ ਇਹ ਮੇਰੇ ਖੇਤ ਹੀ ਨਹੀਂ, ਮੇਰਾ ਕੋਈ ਸੜਕ ਨਾਲ ਲੱਗਾ, ਸੜਕ ਦੇ ਨਾਲ ਨਾਲ ਜਾਂਦੀ ਆ ਸਾਡੇ ਪਿੰਡੋਂ, ਮੇਰਾ ਕੋਈ ਖੇਤ ਸੜਕ ਦੇ ਨਾਲ ਨਹੀਂ ਲੱਗਦਾ। ਤੇ ਉਹਨਾਂ ਦੇ ਕਹਿਣ ਨਾਲ ਅਸਲ 'ਚ ਉੱਥੇ ਚੱਕਰ ਕੀ ਆ,
ਜਿਹੜਾ ਹਰਦੀਪ ਕਾਦੀ ਇਹਨਾਂ ਦੀ ਆਪ ਚ ਖਵਾਏਬਾਜੀ ਪਿੰਡ ਚ ਗੜੀ ਪਿੰਡ ਚ ਚਾਚੇ ਭਤੀਜੇ ਦੀ ਲੜਾਈ ਆ ਉਹਦੇ ਕਰਕੇ ਉਹਨੂੰ ਤੰਗ ਕਰਨ ਦੇ ਮਾਰੇ ਇੱਕ ਦੂਜੇ ਨੂੰ ਤੰਗ ਕਰਨ ਦੇ ਮਾਰੇ ਆਮ ਸਾਰੇ ਲੋਕਾਂ ਨੂੰ ਬਲੀ ਦਾ ਬੱਕਰਾ ਇਹ ਬਣਾ ਰਹੇ ਨੇ। ਉਹ ਤਾਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰ ਰਹੇ ਨੇ ਕਿ ਤੁਸੀਂ ਜਿਹੜਾ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਵੀ ਉਹਦੇ ਕਾਰਵਾਈ ਕੀਤੀ ਜਾਵੇ। ਹਾਂ ਉਹਨਾਂ ਦੇ ਕਹਿਣ ਦਾ ਕੀ ਹੋ ਜਾਊਗਾ ਜਿਹੜੇ ਉਹ ਸੜਕਾਂ ਰੋਜ਼ ਰੋਕਦੇ ਨੇ ਬਿਨਾਂ ਕਿਸੇ ਕਾਰਨ ਤੋਂ ਕਾਰਵਾਈ ਤਾਂ ਉਹਨਾਂ ਦੇ ਹੋਣੀ ਚਾਹੀਦੀ ਆ, ਬਿਨਾਂ ਕਿਸੇ ਕਾਰਨ ਤੋਂ ਸੜਕਾਂ ਰੋਕਦੇ ਨੇ ਕਾਰਵਾਈ ਤਾਂ ਉਹਨਾਂ ਦੇ ਬਣਦੀ। ਸਾਡੇ ਤੇ ਕਹਿੰਦੇ ਅਸੀਂ ਤਾਂ ਆਪਣੀਆਂ ਫਸਲਾਂ ਬਚਾਉਣ ਦੀ ਗੱਲ ਕੀਤੀ ਆ, ਫਸਲਾਂ ਬਚਾਈਆਂ ਨੇ, ਫਸਲ ਚ ਉਹਨਾਂ ਦੇ ਕਹਿਣ ਦਾ ਸਾਨੂੰ ਕੋਈ ਫਰਕ ਨਹੀਂ ਪੈਣਾ। ਜੇ ਉਹ ਕਹਿਣਗੇ ਨਾ ਜਿਹੜੀ ਗੱਲ ਸੱਚ ਆ ਉਹ ਤੇ ਅਸੀਂ ਖੜਾਂਗੇ, ਡਟ ਕੇ ਲੜਾਈ ਲੜਾਂਗੇ, ਬਿਲਕੁਲ ਨਹੀਂ ਲੋਕਾਂ ਦਾ ਨੁਕਸਾਨ ਹੋਣ ਦਿੰਦੇ। ਜੇ ਉਹਨਾਂ ਦੀ ਕੋਈ ਆਪਸੀ ਪਾਰਟੀ ਬਾਜੀ ਉਹ ਆਪ ਚ ਉਹਨਾਂ ਲੋਕਾਂ ਨਾਲ ਨਿਪਟਣ ਜਿਹਨਾਂ ਨੇ ਲੜਾਈ ਆ ਉਹਨਾਂ ਪਿੱਛੇ ਲੋਕਾਂ ਨੂੰ ਕਿਉਂ ਭਲੀ, ਸਾਰੇ ਪ੍ਰਸ਼ਾਸਨ ਨੂੰ ਹੀ ਪਤਾ ਵੀ ਉਹਨਾਂ ਦਾ ਕੀ ਰੌਲਾ, ਪ੍ਰਸ਼ਾਸਨ ਵੀ ਇੰਨੇ ਦਬਾਅ ਥੱਲੇ ਆ ਕੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਜਿਹੜੀ ਟ੍ਰੇਨ ਦੀ ਜਗ੍ਹਾ ਆ ਰਹੀ ਆ ਕਿ ਉਹ ਜਿਹੜੇ ਧਾਨ ਵੱਢਣ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਹੋ? ਅਸੀਂ ਕਿਉਂ ਕਹਿੰਦੇ, ਅਸੀਂ ਕਹਿੰਦੇ ਜਿੱਥੇ ਜ਼ਰੂਰਤ ਨਹੀਂ, ਜਿਹੜੀ ਜਿਹਦੀ ਜ਼ਰੂਰਤ ਨਹੀਂ ਉੱਥੇ ਕਿਉਂ ਸਰਕਾਰ ਟ੍ਰੇਨ ਕੱਢੂਗੀ? ਇੱਕ ਹੋ ਸਕਦਾ ਜੇ ਇੱਥੇ ਜ਼ਰੂਰਤ ਨਹੀਂ, ਅਸੀਂ ਕਹਿੰਦੇ ਸਰਕਾਰ ਖੇਤਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਦੇ ਦੇਵੇ ਜਿਹਨਾਂ ਦੀ ਜਗ੍ਹਾ ਜਿਹਨਾਂ ਤੋਂ ਪਹਿਲਾਂ ਲਈ ਆ, ਲਈ ਵੀ ਉਹਨਾਂ ਲੋਕਾਂ ਤੋਂ ਹੀ ਆ। ਜਾਂ ਜ਼ਰੂਰਤ ਹੈ ਨਹੀਂ, ਜੇ 8-10 ਕਿੱਲਿਆਂ 'ਚ ਇਕੱਠਾ ਹੋ ਕੇ ਪਾਣੀ ਲੰਘਦਾ ਜੇ ਉਹਦੇ ਡਰੇਨ ਹੋ ਜੂਗੀ, ਤੁਸੀਂ ਮੌਕਾ ਦੇਖੋ ਜਿਹੜੀਆਂ ਬੰਦੀਆਂ ਲੱਗਦੀਆਂ ਨੇ ਉਹ 2 ਹਿੱਸਿਆਂ 'ਚ ਵੰਡਿਆ ਜਾਣਾ, ਪਾਣੀ ਰੁਕਣ ਲੱਗ ਜਾਣਾ। ਇੱਧਰ ਦੇ ਖੇਤ ਵਾਲਾ ਦੂਏ ਪਾਸੇ ਆਪਣਾ ਜਿਹੜਾ ਅੱਧਾ ਖੇਤ ਉੱਧਰ ਪਾਣੀ ਕਿਵੇਂ ਦਊਗਾ? ਅਸਲੇ ਸੇਮ ਨਾਲਾ ਜਿਹੜਾ ਨਹੀਂ, ਜੇ ਆਮ ਸੂਹਾ ਹੁੰਦਾ ਜਾਂ ਕੋਈ ਹੋਰ ਹੁੰਦਾ ਉਹ ਇੱਕ ਪਾਸੇ 'ਚ ਹੀ ਕੱਢਦੇ ਨੇ, ਇਹ ਸੇਮ ਵਾਲਾ ਨਾਲਾ ਇਹ ਗੱਪੇ 'ਚ ਇਸ ਕਰਕੇ ਕੱਢਿਆ ਵੀ ਸਾਰੇ ਪਾਸੇ ਪਾਣੀ ਜਾਂ ਸੇਮ ਉਹਦੀ ਪਾਣੀ ਉੱਪਰ ਦੀ ਉਹਦੇ ਵਿੱਚ ਪੈ ਜਾਂਦਾ ਸੀ। ਹੁਣ ਸੇਮ ਵਾਲੀ ਕੋਈ ਸਮੱਸਿਆ ਨਹੀਂ, ਪਾਣੀ ਤਾਂ ਉਹੀ ਦੂਰ ਚਲੇ ਗਿਆ। ਅਸਲ ਗੱਲ ਇਹ ਹੁਣ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੰਮ ਜਲਦੀ ਚਲਾਇਆ ਜਾਊਗਾ। ਕੋਈ ਗੱਲ ਨਹੀਂ, ਪ੍ਰਸ਼ਾਸਨ ਦਵੇ ਭਰੋਸਾ, ਗਲਤ ਕੰਮ ਪ੍ਰਸ਼ਾਸਨ ਨੇ ਜੇ ਕਰਨਾ ਕਿਸੇ ਦਬਾਅ 'ਚ ਉਹ ਕਰੇ, ਅਸੀਂ ਰੋਕਾਂਗੇ।